ਦੇਸ਼ 'ਚ ਅਪਰਾਧ ਦੇ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਨੂੰ ਸੁਣ ਕੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਇਹ ਘਟਨਾਵਾਂ ਕਿਸੇ ਫਿਲਮੀ ਕਹਾਣੀ ਜਾਂ ਵੈਬ ਸੀਰੀਜ਼ ਤੋਂ ਘੱਟ ਨਹੀਂ ਸਨ। ਜਿਸਨੇ ਵੀ ਇਹਨਾਂ ਘਟਨਾਵਾਂ ਬਾਰੇ ਸੁਣਿਆ ਉਹ ਹੈਰਾਨ ਰਹਿ ਗਿਆ। ਅਜਿਹੀ ਹੀ ਇੱਕ ਘਟਨਾ ਪੰਜਾਬ ਦੇ ਪਟਿਆਲਾ ਤੋਂ ਸਾਹਮਣੇ ਆਈ, ਜਿੱਥੇ ਇੱਕ ਦੋਸ਼ੀ ਨੇ ਨਾਈਟ੍ਰੋਜਨ ਸੁੰਘਾ ਕੇ ਪਹਿਲਾਂ ਆਪਣੀ ਪਤਨੀ ਫਿਰ ਆਪਣੀ ਮੰਗੇਤਰ ਦੀ ਹੱਤਿਆ ਕਰ ਦਿੱਤੀ। ਇਸ ਤਰ੍ਹਾਂ ਮਾਰਨ ਦਾ ਖਿਆਲ ਉਸਦੇ ਦਿਮਾਗ ਦੇ ਵਿੱਚ ਫਿਲਮਾਂ ਦੇਖ ਕੇ ਆਇਆ। ਦਰਅਸਲ ਮੁਲਜ਼ਮ ਕੋਈ ਆਮ ਵਿਅਕਤੀ ਨਹੀਂ, ਸਗੋਂ ਸੇਵਾ ਮੁਕਤ ਕਰਨਲ ਦਾ ਪੁੱਤਰ ਹੈ। ਇੱਕ ਖੌਫਨਾਕ ਸਾਜਿਸ਼ ਰਚਨ ਵਾਲੇ ਇਸ ਸੀਰੀਅਲ ਕਿਲਰ ਦੀ ਕਹਾਣੀ 22 ਅਕਤੂਬਰ 2021 ਨੂੰ ਸਾਹਮਣੇ ਆਈ ਸੀ। ਕਰੀਬ 2 ਸਾਲ ਪਹਿਲਾਂ ਬਠਿੰਡਾ ਪੰਜਾਬ ਦੀ ਰਹਿਣ ਵਾਲੀ ਛਪਿੰਦਰਪਾਲ ਕੌਰ ਦੀ ਮੰਗਣੀ ਪਟਿਆਲਾ ਦੇ ਰਹਿਣ ਵਾਲੇ ਨਵਿੰਦਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨਾਲ ਹੋਈ ਸੀ। ਉੱਧਰ ਛਪਿੰਦਰਪਾਲ ਕੌਰ ਅਤੇ ਨਵਿੰਦਰਪ੍ਰੀਤ ਸਿੰਘ ਦੀ ਮੰਗਣੀ ਕਾਰਨ ਪਰਿਵਾਰਕ ਮੈਂਬਰ ਵੀ ਕਾਫੀ ਖੁਸ਼ ਸਨ। ਨਵਿੰਦਰਪ੍ਰੀਤ ਸਿੰਘ ਨੇ ਆਪਣੀ ਮੰਗੇਤਰ ਛਪਿੰਦਰਪਾਲ ਨੂੰ 11 ਅਕਤੂਬਰ 2021 ਨੂੰ ਖਰੀਦਦਾਰੀ ਲਈ ਪਟਿਆਲਾ ਬੁਲਾਇਆ ਸੀ। 11 ਅਕਤੂਬਰ ਤੋਂ 13 ਅਕਤੂਬਰ ਤੱਕ ਸਭ ਕੁਝ ਠੀਕ ਠਾਕ ਚੱਲਦਾ ਰਿਹਾ ਅਤੇ ਲੜਕੀ ਆਪਣੇ ਪਰਿਵਾਰ ਵਾਲਿਆਂ ਨਾਲ ਫੋਨ ਤੇ ਗੱਲ ਕਰਦੀ ਰਹੀ, ਪਰ 13 ਅਕਤੂਬਰ ਤੋਂ ਬਾਅਦ ਲੜਕੀ ਨੇ ਪਰਿਵਾਰ ਵਾਲਿਆਂ ਦਾ ਫੋਨ ਨਹੀਂ ਚੁੱਕਿਆ। ਇਸ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੀਆਂ ਚਿੰਤਾਵਾਂ ਵੱਧ ਗਈਆਂ। ਰਿਸ਼ਤੇਦਾਰਾਂ ਨੇ ਨਵਿੰਦਰਪ੍ਰੀਤ ਸਿੰਘ ਨੂੰ ਲੜਕੀ ਬਾਰੇ ਪੁੱਛਿਆ ਤਾਂ ਉਸਨੇ ਪਰਿਵਾਰ ਵਾਲਿਆਂ ਨੂੰ ਆਪਣੀ ਮਨਘੜਤ ਕਹਾਣੀ ਦੱਸੀ ਅਤੇ ਕਿਹਾ ਕਿ ਸਾਡੀ ਲੜਾਈ ਹੋ ਗਈ। ਧੀ ਦੇ ਲਾਪਤਾ ਹੋਣ ਕਾਰਨ ਪਰਿਵਾਰ ਚਿੰਤਤ ਸੀ, ਜਿਸ ਕਾਰਨ ਪਿਤਾ ਸੁਖਚੈਨ ਸਿੰਘ 15 ਅਕਤੂਬਰ ਨੂੰ ਪਟਿਆਲਾ ਆ ਗਿਆ। ਇਸ ਮਗਰੋਂ ਸੁਖਚੈਨ ਸਿੰਘ ਨੂੰ ਨਵਿੰਦਰਪ੍ਰੀਤ ਪਾਲ ਸਿੰਘ ਤੇ ਸ਼ੱਕ ਹੋਇਆ ਅਤੇ ਉਸ ਖਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਮਾਮਲਾ ਕਿਵੇਂ ਸੁਲਝਿਆ ਸੀ। ਮੁੱਢਲੀ ਤਫਤੀਸ਼ ਵਿੱਚ ਨਵਿੰਦਰਪ੍ਰੀਤ ਸਿੰਘ ਆਪਣੇ ਝੂਠੇ ਬਿਆਨਾਂ ਨਾਲ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ, ਪਰ ਉਸਦੇ ਝੂਠੇ ਬਿਆਨ ਵੀ ਉਸਨੂੰ ਪੁਲਿਸ ਦੀ ਗ੍ਰਿਫਤ ਤੋਂ ਬਹੁਤਾ ਸਮਾਂ ਨਾ ਬਚਾ ਸਕੇ। ਜਦੋਂ ਪੁਲਿਸ ਨੇ ਨੱਥ ਕੱਸਣ ਦੇ ਲਈ ਨਵਿੰਦਰਪ੍ਰੀਤ ਸਿੰਘ ਦੇ ਪੁਰਾਣੇ ਪਿਛੋਕੜ ਦੀ ਜਾਂਚ ਕੀਤੀ ਤਾਂ ਉਸਦੀ ਅਪਰਾਧਿਕ ਸੋਚ ਤੇ ਪਰਦਾ ਹਟ ਗਿਆ। ਪੁਲਿਸ ਨੂੰ ਪਤਾ ਲੱਗਾ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ ਸੀ। ਪੁਲਿਸ ਨੂੰ ਇਸ ਜਾਂਚ ਵਿੱਚ ਇਹ ਵੀ ਪਤਾ ਲੱਗਾ ਕਿ 1 ਮਹੀਨੇ ਦੇ ਅੰਦਰ ਹੀ ਉਸਦੀ ਪਤਨੀ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਨਵਿੰਦਰਪ੍ਰੀਤ ਸਿੰਘ ਨੇ ਇਹ ਗੱਲ ਸਭ ਤੋਂ ਲੁਕੋਈ ਸੀ। ਪੁਲਿਸ ਨੇ ਜਾਂਚ ਵਿੱਚ ਪਾਇਆ ਕਿ ਨਵਿੰਦਰਪ੍ਰੀਤ ਸਿੰਘ ਇੱਕ ਸੀਰੀਅਲ ਕਿਲਰ ਹੈ। ਉਸਨੇ ਮੰਗੇਤਰ ਛਪਿੰਦਰਪਾਲ ਕੌਰ ਨੂੰ ਆਪਣੀ ਪਤਨੀ ਵਾਂਗ ਮੌਤ ਦੀ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ 22 ਅਕਤੂਬਰ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਅਦਾਲਤ ਨੇ ਮੁਲਜ਼ਮ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ, ਜਿਸ ਤੋਂ ਬਾਅਦ ਉਸਨੇ ਸਨਸਨੀ ਖੇਜ ਖੁਲਾਸੇ ਕੀਤੇ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੀ ਮੰਗੇਤਰ ਨੂੰ ਨਾਈਟ੍ਰੋਜਨ ਗੈਸ ਸੁੰਘਾ ਕੇ ਮਾਰ ਦਿੱਤਾ। ਇਸ ਤੋਂ ਬਾਅਦ ਉਸਨੇ ਘਰ ਵਿੱਚ ਹੀ ਫਰਸ਼ ਪੁੱਟ ਕੇ ਆਪਣੀ ਮੰਗੇਤਰ ਦੀ ਲਾਸ਼ ਨੂੰ ਦਫਨਾ ਦਿੱਤਾ। ਮੁਲਜ਼ਮ ਨੇ ਇਹ ਵੀ ਦੱਸਿਆ ਕਿ ਇਹ ਘਟਨਾ 13 ਅਕਤੂਬਰ ਦੀ ਰਾਤ ਵਾਪਰੀ ਸੀ। ਉਸ ਦਿਨ ਤੋਂ ਉਹ ਆਪਣੇ ਪਰਿਵਾਰ ਨਾਲ ਗੱਲ ਨਹੀਂ ਕਰ ਰਿਹਾ ਸੀ। ਇਸ ਨਾਲ ਪੁਲਿਸ ਨੂੰ ਪਤਾ ਲੱਗਾ ਕਿ ਦੋਸ਼ੀ ਨੇ 12 ਫਰਵਰੀ 2018 ਨੂੰ ਸੁਖਦੀਪ ਕੌਰ ਨਾਲ ਵਿਆਹ ਕੀਤਾ ਸੀ। ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ 19 ਸਤੰਬਰ 2021 ਨੂੰ ਆਪਣੀ ਪਤਨੀ ਨੂੰ ਨਾਈਟ੍ਰੋਜਨ ਗੈਸ ਦੇ ਕੇ ਮਾਰ ਦਿੱਤਾ ਸੀ। ਜਦੋਂ ਮੁਲਜ਼ਮ ਨੇ ਆਪਣੀ ਪਤਨੀ ਦਾ ਕਤਲ ਕੀਤਾ ਤਾਂ ਸੁਖਦੀਪ ਗਰਭਵਤੀ ਸੀ। ਘਟਨਾ ਤੋਂ ਬਾਅਦ ਉਸਨੇ ਆਪਣੀ ਪਤਨੀ ਦੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਉਸਦੀ ਮੌਤ ਜੋ ਹੈ ਉਹ ਦਿਲ ਦਾ ਦੌਰਾ ਪੈਣ ਕਾਰਨ ਹੋਈ। ਦੱਸ ਦਈਏ ਕਿ ਸੁਖਦੀਪ ਕੌਰ ਦੇ ਸਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਉਸ 'ਤੇ ਸ਼ੱਕ ਨਹੀਂ ਹੋਇਆ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਤਲ ਨੂੰ ਇਸ ਤਰ੍ਹਾਂ ਅੰਜਾਮ ਦੇਣਾ ਚਾਹੁੰਦਾ ਸੀ ਕਿ ਕਿਸੇ ਨੂੰ ਸ਼ੱਕ ਨਾ ਹੋ ਸਕੇ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਲਈ ਕਈ ਹਾਲੀਵੁੱਡ ਅਤੇ ਸਾਊਥ ਸਸਪੈਂਸ ਥ੍ਰਿਲਰ ਫਿਲਮਾਂ ਵੀ ਦੇਖੀਆਂ ਸਨ। ਇਹ ਫਿਲਮਾਂ ਦੇਖ ਕੇ ਹੀ ਉਸਨੇ ਕਤਲ ਲਈ ਨਾਈਟ੍ਰੋਜਨ ਗੈਸ ਦੀ ਚੋਣ ਕੀਤੀ ਤਾਂ ਜੋ ਉਹਨਾਂ ਨੂੰ ਬਿਨਾਂ ਦਰਦ ਤੇ ਮੌਤ ਦਿੱਤੀ ਜਾ ਸਕੇ। ਮੁਲਜ਼ਮ ਨੇ ਇਹ ਵੀ ਦੱਸਿਆ ਕਿ ਉਸਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਬਹੁਤ ਸਾਰੇ ਰਿਸ਼ਤਿਆਂ ਤੋਂ ਤੰਗ ਆ ਗਿਆ ਸੀ ਅਤੇ ਜ਼ਿੰਦਗੀ ਵਿੱਚ ਸ਼ਾਂਤੀ ਚਾਹੁੰਦਾ ਸੀ। Subscribe to One India channel and never miss an update.